For good health, please subscribe A1 Healthcare. For better music, subscribe A1 Music. For best informational programs, please subscribe A1 Punjabi TV. And for all updated news, please subscribe A1 News. ਇਰਾਕ ਦੇ ਯੁੱਧ ਦੇ ਚਲਦੇ ਤਕਰੀਬਨ 3 ਸਾਲ ਤੋਂ 40 ਭਾਰਤੀ ਨੌਜਵਾਨ ਅੱਤਵਾਦੀਆਂ ਦੇ ਕਬਜ਼ੇ ਵਿੱਚ ਸਨ ਅਤੇ ਉਨ੍ਹਾਂ ਵਿੱਚੋਂ ਇੱਕ ਨੌਜਵਾਨ ਜੋ ਹਰਜੀਤ ਮਸੀਹ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅੱਤਵਾਦੀਆਂ ਦੀ ਗ੍ਰਿਫਤ ਚੋਂ ਫਰਾਰ ਹੋ ਗਿਆ ਸੀ ਅਤੇ ਜਦੋਂ ਹਰਜੀਤ ਮਸੀਹ ਸਾਹਮਣੇ ਆਇਆ ਤਾਂ ਉਸਨੇ ਖੁਲਾਸਾ ਕੀਤਾ ਕਿ 39 ਭਾਰਤੀਆਂ ਨੂੰ ਅੱਤਵਾਦੀਆਂ ਨੇ ਮਾਰ ਦਿੱਤਾ ਹਰਜੀਤ ਮਸੀਹ ਦਾ ਕਹਿਣਾ ਹੈ ਕਿ ਅੱਤਵਾਦੀਆਂ ਨੇ ਉਸਦੇ ਸਾਥੀਆਂ ਨੂੰ ਮਾਰ ਦਿੱਤਾ ਹੈ ਅਤੇ ਉਸ ਨੂੰ ਇਹ ਸੱਚ ਬੋਲਣ ਦੀ ਸਜ਼ਾ ਮਿਲੀ ਹੈ ਕਿਉਂਕਿ ਉਸ ਦੇ ਸਾਥੀ ਨੌਜਵਾਨਾਂ ਦੇ ਪਰਿਵਾਰਾਂ ਨੇ ਕੇਂਦਰ ਸਰਕਾਰ ਨਾਲ ਮਿਲ ਕੇ ਉਸ ਤੇ ਏਜੰਟ ਹੋਣ ਦਾ ਝੂਠਾ ਕੇਸ ਦਰਜ ਕੀਤਾ ਹੈ ਜਿਸ ਕਾਰਨ ਉਹ 5 ਮਹੀਨੇ ਜੇਲ੍ਹ ਕੱਟ ਕੇ ਜ਼ਮਾਨਤ ਤੇ ਘਰ ਆਇਆ ਹੈ ਮੇਰੇ ਤੇ ਤਾਂ ਕੋਈ ਕਹਾਣੀ ਮੈਂ ਕਿਆ ਕੁਛ ਕਹਿ ਨਹੀਂ ਸਕਦਾ ਕਿਉਂਕਿ ਜੋ ਮੇਰੇ ਸਾਹਮਣੇ ਆਇਆ ਮੈਂ ਤੇ ਉਹੀ ਕਹਿਣ ਡਿਆ ਚਲੋ ਅੱਗੇ ਮੈਡਮ ਨੂੰ ਪਤਾ ਹੋਊਗਾ ਕਿ ਬੰਦੇ ਹੈਗੇ ਜਾਂ ਨਹੀਂ ਹੈਗੇ ਚਲੋ ਜੇ ਹੈਗੇ ਤਾਂ ਮੈਂ ਇਹੀ ਕਹਿੰਦਾ ਕਿ ਚਲੋ ਮੈਡਮ ਉਹ ਬੰਦੇ ਲਾਏ ਅਤੇ ਮੈਂ ਨਹੀਂ ਕਹਿ ਸਕਦਾ ਕਿ ਹਾਂ ਮੈਡਮ ਕੀ ਕਹਿ ਰਹੇ ਨੇ ਜਾਂ ਸੱਚ ਕਹਿ ਰਹੇ ਜਾਂ ਝੂਠ ਬੋਲ ਰਹੇ ਉਸ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ ਕਿਉਂਕਿ ਮੈਂ ਤਾਂ ਉਹੀ ਕਹਿਣਾ ਕਿ ਜੋ ਮੇਰੇ ਅੱਖਾਂ ਸਾਹਮਣੇ ਹੋਇਆ ਕਿ ਮੇਰੇ ਸਾਹਮਣੇ ਮਾਰ ਦਿੱਤੇ ਗਏ ਆ ਮੈਂ ਤਾਂ ਉਹੀ ਕਹਿਣ ਡਿਆ ਅੱਗੇ ਸਾਰਾ ਸੱਚ ਬੋਲਣ ਤਾਂ ਅੱਗੇ ਮੈਨੂੰ ਸਜ਼ਾ ਮਿਲੀ ਹੈ ਅਤੇ ਹੁਣ ਮੈਂ ਇਸ ਵਾਰ ਸੱਚ ਕੀ ਬੋਲਾਂ ਮੇਰੇ 'ਤੇ ਪਟਾ ਝੂਠਾ ਨਜਾਇਜ਼ ਮੇਰੇ 'ਤੇ ਪਰਚਾ ਹੋਇਆ ਵਾ ਮੇਰੇ ਪਾਪਾ ਦੀ ਡੈਥ ਹੋ ਗਈ ਹੈ ਦੱਸੋ ਮੈਂ ਹੁਣ ਕਿੱਧਰ ਜਾਵਾਂ ਮੈਂ ਸੱਚ ਬੋਲਣ ਡਿਆ ਵਾਂ 3 ਸਾਲ ਤੋਂ ਸੱਚ ਬੋਲਦਾ ਹੋਣ ਡਿਆ ਵਾਂ ਅਤੇ 3 ਸਾਲ ਤੋਂ ਮੈਨੂੰ ਸਜ਼ਾ ਮਿਲਦੀਆਂ ਵਾ ਹੁਣ ਇਸ ਤੋਂ ਬਾਅਦ ਸੱਚ ਮੈਂ ਕੀ ਬੋਲਾਂ ਤੁਹਾਨੂੰ ਕੀ ਦੱਸੋ ਪਾ ਇੱਕ ਬਸ ਮੇਰੀ ਮਾਂ ਰਹਿ ਗਈ ਹੁਣ ਮੈਂ ਆਪਣੀ ਮਾਂ ਨੂੰ ਖੁਣਾ ਨਹੀਂ ਚਾਹੁੰਦਾ ਮੈਂ ਸਰ 3 ਸਾਲ ਤੋਂ ਇਹੀ ਕਹਿੰਦਾ ਹਾਂ ਕਿ ਹਾਂ ਜਿਹੜੇ ਮੇਰੇ ਨਾਲ ਮੁੰਡੇ ਕੰਮ ਕਰਦੇ ਸਾਰੇ ਮਾਰੇ ਗਏ ਆ ਉਹਨਾਂ ਨੂੰ ਸਾਰਿਆਂ ਨੂੰ ਮਾਰ ਦਿੱਤਾ ਗਿਆ ਕਿਉਂਕਿ ਉਹ ਵਾਰ ਮਤਲਬ ਕਿ ਮੇਰੇ ਪਰਿਵਾਰ ਵੜ ਗਏ ਸੀ ਜਿਹੜੇ 39 ਮੁੰਡੇ ਮੇਰੇ ਭਰਾ ਸਰ ਬਹੁਤ ਮੈਨੂੰ ਪ੍ਰੇਮ ਕਰਦੇ ਸੀ ਇਸ ਕਰਕੇ ਸਰ ਉਹਨਾਂ ਨੂੰ ਮੈਂ ਵੀ ਨਹੀਂ ਭੁੱਲ ਸਕਦਾ ਅਤੇ ਬਸ ਇਹੀ ਕਹਿੰਦਾ ਕਿ ਸਰਕਾਰ ਉਹਨਾਂ ਨੂੰ ਸਹੀ ਜਵਾਬ ਦੇਵੇ ਅਤੇ ਰੱਬ ਉਹਨਾਂ ਦੀ ਆਤਮਾ ਨੂੰ ਸ਼ਾਂਤ ਦੇਵੇ For good health, please subscribe A1 Healthcare. For better music, subscribe A1 Music. For best informational programs, please subscribe A1 Punjabi TV. And for all updated news, please subscribe A1 News.